ਵਾਹਿਗੁਰੂ 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 ਇੱਕ ਸ਼ਬਦ ਹੀ ਸਿਰਫ ਹਾਜ਼ਰੀ ਲਵਾਵਾਂਗੇ ਬੜੇ ਪਿਆਰ ਨਾਲ ਬੇਨਤੀ ਮੈਂ ਬੋਰੀ ਮੇਰਾ ਰਾਮ ਬਤਾ ਰਚਦਾ
ਕੋਟਾਂ ਕੋਟ ਸ਼ੁਕਰ ਹੈ ਜੁਦਾਸ ਦੇ ਜਥੇ ਨੂੰ ਆਪ ਸੰਗਤਾਂ ਦੇ ਦਰਸ਼ਨ ਕਰਵਾਏ ਹਨ। ਇੱਥੇ ਦੀ ਪ੍ਰਬੰਧਕ ਕਮੇਟੀ ਸਾਰਿਆਂ ਦਾ ਧੰਨਵਾਦ, ਆਪ ਸਾਰੀ ਸੰਗਤ ਦਾ ਧੰਨਵਾਦ। ਅਥਾ ਪਿਆਰ ਆਪ ਜੀ ਨੇ 2-3 ਵੀਕਾਂ ਦੇ ਅੰਦਰ ਦਿੱਤਾ ਹੈ। ਸਾਡੇ ਅਗਲੇ ਪ੍ਰੋਗਰਾਮ ਬਣੇ ਹੋਏ ਸੀ, ਇਸ ਕਰਕੇ ਸਾਨੂੰ ਜਾਣਾ ਪੈ ਰਿਹਾ ਹੈ, ਨਹੀਂ ਤਾਂ ਇੱਥੇ ਆਪ ਜੀ ਕੋਲ ਰੁਕਣਾ ਸੀ। ਸਤਿਗੁਰੂ ਆਪ ਹੀ ਕਿਰਪਾ ਕਰਨਗੇ, ਸਮਾਂ ਕੋਈ ਨਾ ਕੋਈ ਫਿਰ ਬਣੇਗਾ, ਆਪ ਸੰਗਤਾਂ ਦੇ ਦਰਸ਼ਨ ਕਰਾਂਗੇ। ਸਾਰਿਆਂ ਦਾ ਧੰਨਵਾਦ ਫਿਰ ਦੁਬਾਰਾ। ਆਪ ਸਾਰੇ ਹੀ ਅਨੰਦ ਸਾਹਿਬ ਜੀ ਦੇ ਪਾਠ ਨਾਲ ਜੁੜੀ ਮਿਲ ਕੇ ਗਾਇਨ ਕਰੀਏ। ਰਾਮ ਕਲੀ ਮਹਿਲਾ ਤੀਜਾ, ਅਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਅਨੰਦ ਪਿਆ ਮਿਲ ਪਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਦਾ ਪਾਇਆ ਸਹਿਜ ਸਿੱਧੀ ਮਨ ਵਧੀਆਂ ਪਰਦਾ, ਰਾਮ ਰਤਨ ਪਰਪਾਲ ਪਰੀਆਂ ਸ਼ਬਦ ਕਾ ਮਨਾ, ਸ਼ਬਦ ਤੁਕਾ ਬੁਹਾਰੀ ਕਿਰਿਆ ਮਨ ਜਿਨੀ ਵਸਾ, ਤੇਰਾ ਕਾਜ ਸਭ ਸਵਾਰ, ਸਮਾਨ ਗਵਾਨ ਸਮਰੱਥ ਸੁਆਮੀ ਸੋ ਕਿਉਂ ਮਨੋ ਸਾਰੇ, ਕਹਿ ਅਨੰਦ ਮੇਰੇ ਸਦਾ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰਦੇ, ਸਭ ਦਾਤੀ ਹੈ ਸਭ ਕੁਛ ਹੈ ਤੇਰੇ ਸੋ ਪਾਰੇ, ਸਦਾ ਸੱਚਾ ਨਾਮ ਆਜ ਨਾਮ ਰਾਜਨ ਪੁੱਤਰ ਸਭ ਸਿਆਜਾ ਸਭ ਜਾਇਆ, ਸਾਜਾ ਗੁਰਬਾਣ ਪਿਤਾ ਗੁਰ ਕੀਰਤਨ ਜਿਸਦੀ ਆਏ ਵਟਿਆਰੀਆਂ, ਹੈ ਨਾਨਕ ਸੁਣੋ ਸੰਤ ਸ਼ਬਦ ਚਲੋ ਪਿਆਰੋ, ਸੱਚਾ ਨਾਮ ਰਾਜੋ ਪੰਚ ਸ਼ਬਦ ਹਰ ਸੁਭਾ ਹਰ ਸਭਾ ਦੇ ਸ਼ਬਦ ਵਾਜੇ ਕਰਤਾਰਿਆ, ਪੰਜ ਗੋਤ ਵਸ ਕੀਤੇ ਕਾਲ ਅੰਤ ਮਾਰਿਆ, ਗੁਰਕਰਮ ਪਾਇਆ ਸੁਰਜਨ ਕੌਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖੋ ਵਾਤ ਕਰਿਆ ਨਾਗ ਵਾਜੇ, ਆਨੰਦ ਸੁਣੋ ਪਰਵਾਜਿਓ ਸਗਲ ਮਨੋ ਪੂਰੇ, ਪਾਦ ਬ੍ਰਹਮ ਪ੍ਰਭਾ ਸੋਹਣੀ ਸੱਚੀ ਬਾਣੀ, ਸੰਤ ਸਾਧਨ ਭਏ ਸਭੇ ਗੁਰਤੇ ਜਾਣੀ, ਸੁਣਦੇ ਪੁਨਿਤ ਕਹਿਤੇ ਪੁਰ ਸਤਗੁਰ ਭਰਪੂਰ, ਬਿਨ ਮੰਤ ਗੁਰ ਚਰਨ ਲਾਗੇ ਵਾਜੇ ਮਨ ਭਰਪੂਰ, ਕੌਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਿਪੂਰ, ਜਿਸ ਰਾਤ ਦਾਈ ਲਾਇਆ ਦਿਲੈ ਸਰ ਜਗਤ, ਜਗੀ ਆਇਆ ਕੁੜੀ ਆਇਆ ਰਕਤ ਬਹਾਦੁਰ, ਧਰਮੀ ਆਪੋ ਆਪਣੀ ਜਿੰਨੀ ਨਾਮ ਪਿਆਇਆ ਗਏ ਸਤਿਕਾਰ, ਨਾਨਕ ਤੈਨੂੰ ਪੂਜ ਲੈ ਕੀਰਤੀ ਸੁਖੀ ਨਾਲ, ਜਿੰਨੀ ਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੂੰ ਪਹਿ ਅਰਦਾਸ, ਜੀਉ ਪਿੰਡ ਸਭ ਤੇਰੀ ਆਸ, ਮਾਤ ਪਿਤਾ ਮੁਬਾਰਕ ਤੇਰੇ, ਸੁਖ ਬਨੇਰੇ ਕੋਈ ਨਾ ਜਾਣੇ, ਕੁਮਰਾਇਆ ਜੈ ਜੈ
ਸਮਗਰੀ ਤੁਮਰੇ ਸੁਤਾਰੀ ਤੁਰੀ ਗਤ ਮਿਤ ਨਾਨਕ ਦਾਸ ਤੁਮਰੀ ਗਤ ਮਿਤ ਤੁਮਹੀ ਜਾਣੀ ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਜਿੱਤਾ ਸਮੁੰਦ ਸਾਗਰ ਨਿਰਭਰਿਆ ਤਿੱਤੇ ਅਵਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਉਪਾ ਬਹੁ ਡੁੱਬਦੇ ਪੱਤਰ ਤਾਰੇ ਜਿਹੜਾ ਅਗਨ ਬਰਾਬਰ ਤਪੈ ਪਿੱਤਰ ਵਗਿਆ ਕਾਤੀ ਪ੍ਰਣਤ ਨਾਨਕ ਹੁਕਮ ਪਛਾਣੇ ਸੁਖੋ ਵੈਦਨ ਰਾਤੀ ਇਹਨੇ ਤਾਪ ਨਿਵਾਰਨ ਹਾਰਾ ਦੁੱਖ ਅੰਤਾ ਸੁਖ ਰਾਸ ਤੰਕੋ ਬਿਗਨ ਕੋ ਲਾਗਿਆ ਜਾਂ ਕੀ ਪ੍ਰਭ ਅਗਿਆ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਦੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੌ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆਵੈ ਧਾਏ ਸਭ ਥਾਂ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਂ ਹੋਏ ਸਹਾਇ ਦਸਾਂ ਪਾਤਸ਼ਾਹੀ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਸਿੰਘਾਂ ਸਿੰਘੀਆਂ ਪਚੰਗਿਆਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਤ ਕੀਤਾ ਤਿੰਨਾਂ ਪਿਆਰੇ ਚਰਨ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘੀਆਂ ਨੇ ਧਰਮ ਦਿੱਤੇ ਬੰਨ ਬੰਨ ਕਟਵਾਏ ਖੋਪਰੀਆਂ ਰੋਹੀਆਂ ਚਰਖੜੀਆਂ ਤੇ ਚੜੇ ਆਰਨ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗਨ ਵਾਹੀ ਤਿੰਨਾਂ ਪਿਆਰਿਆਂ ਸਚਰਨ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਹੋ ਵਾਹਿਗੁਰੂ 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 ਚਿਤਿਆ ਵੈ ਚਿਤਿਆਂ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਚਰਿਆ ਦੇਖ ਦੇਖ ਪਤਹਿ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਰੇ ਬੋਲਣਾ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕਿਆਂ ਝੰਡੇ ਗੂੰਗੇ ਜੁਗੋ ਜੁਗੇ ਕਲ ਧਰਮ ਕਾ ਜੈਕਾਰ ਬੋਲਣਾ ਜੀ ਵਾਹਿਗੁਰੂ ਸਿੱਖਾਂ ਦਾ ਮਾਨੀਵਾਂ ਮਤ ਉੱਚੀ ਮਤ ਦੇ ਆਪ ਰੱਖੇ ਹੈ ਅਕਾਲ ਪੁਰਖ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੜਿਆ ਗਿਆ ਹੈ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸਵਾਸ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸਚਿਪਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਹਾਜ਼ਰ ਹਜ਼ੂਰ ਜਹਰ ਅਜਹੋਰ ਸ਼ਤਰ ਚੌਪਕ ਦੇ ਮਾਲਕ ਸਚਿਪਤਾ ਜੀ ਓਟ ਆਪ ਜੀ ਦੇ ਪਵਿੱਤਰ ਚਰਨਾਂ ਵਿੱਚ ਅਰਦਾਸ ਬੇਨਤੀ ਜੁੜੇ ਆਪ ਜੀ ਦਾ ਪਠਾਨ ਕੋਟ ਧੰਨਵਾਦ ਹੈ ਸ਼ੁਕਰ ਹੈ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ ਆਪਣੇ ਸੋਹਣੇ ਸਿੰਘ ਵਾਸਤੇ ਬਿਰਾਜਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਪੁੱਛ ਕੇ ਨਿਹਾਲ ਕੀਤਾ ਹੈ ਲਗਾਤਾਰ ਪਰਚਾ ਦਿਓ ਐਸ ਆਪ ਦੀ ਪਵਿੱਤਰ ਹਜ਼ੂਰੀ ਚ ਹਫ਼ਤਾਵਾਰੀ ਦੇ ਸੋਹਣੇ ਦੀਵਾਨ ਸਜੇ ਹਮਦਾਰ ਪਾਤਸ਼ਾਹ ਸਜੇ ਦੀਵਾਨਾਂ ਵਿੱਚ ਸ੍ਰੀ ਸੁਖਨੇ ਸਾਹਿਬ ਜੀ ਦੇ ਪਾਠ ਉਪਰੰਤ ਸ਼ਬਦ ਕੀਰਤਨ ਤੁਰਕੀ ਬਾਣੀ ਆਏ ਤਿੰਨ ਸਗਲੀ ਚਿੰਤ ਮਿਟਾਈ ਕਲਯੁਗ ਮਹਿ ਕੀਰਤਨ ਪ੍ਰਧਾਨਾ ਗੁਰਮੁਖ ਜਪਿਆ ਲਾਏ ਧਿਆਨ ਪਵਿੱਤਰ ਬਾਣੀ ਦਾ ਪ੍ਰਵਾਹ ਹੋਇਆ ਹਮਦਾਰ ਪਾਤਸ਼ਾਹ ਜੀ ਬਾਣੀ ਅਗਾਧ ਬੋਧ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਵਿਭਿੰਨ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ ਅਣਜਾਣ ਵਿੱਚ ਸਮਝ ਕੇ ਮਾਫ਼ ਕਰਨਾ ਜੀਵ ਅੱਗੋਂ ਤੋਂ ਸ਼ੁੱਧ ਅਤੇ ਸਪਸ਼ਟ ਬਾਣੀ ਪੜ੍ਹਨ ਸੁਣਨ ਅਤੇ ਸੇਵਾ ਕਰਨ ਦੀ ਸਮਰੱਥਾ ਬਖਸ਼ਣੀ ਬਾਣੀ ਪੜ੍ਹੀ ਸੁਣੀ ਸੋਧ ਕੇ ਸੱਚਖੰਡ ਕੇ ਪ੍ਰਵਾਨ ਕਰਨਾ ਬਾਣੀ ਪੜ੍ਹੀ ਸੁਣਨ ਦਾ ਭਾਵ ਆਈਆਂ ਸੰਗਤਾਂ ਦੇ ਦਾਸਾਂ ਦੇ ਬੱਚਿਆਂ ਦੇ ਹਿਰਦੇ ਚ ਸੁਣਾ ਸਰਬੱਤ ਸਾਸਿਆਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨਾ ਜੀਵ ਸਰਬ ਦੇ ਕਦਮ ਕਦਮ ਲਿਖੇ ਲਾਉਣਾ ਤਿਲ ਫੁੱਲ ਮਾਇਆ ਪਿੰਡ ਆਪਣੇ ਦਰ ਤੇ ਪ੍ਰਵਾਨ ਕਰਨਾ ਸਰਬ ਦੀਆਂ ਕਿਰਤ ਮਾਇਆ ਚ ਵਾਧੇ ਪਾਉਣੇ ਨਾਮ ਦਾਨ ਸਿੱਖੀ ਦਾਨ ਪ੍ਰਸਾ ਦਾਨ ਬਖਸ਼ਣ ਦਾ ਤਰ ਪਾਤਸ਼ਾਹ ਜੀਓ ਅੱਜ ਦੇ ਦੀਵਾਨ ਦੀ ਦਾਤਾਰ ਪਾਤਸ਼ਾਹ ਜੀ ਸੇਵਾ ਸੇਵਕ ਗਗਨਪ੍ਰੀਤ ਸਿੰਘ ਚੀਮਾ ਬੀਬੀ ਹਰਪ੍ਰੀਤ ਕੌਰ ਚੀਮਾ ਦਾਤਾਰ ਪਾਤਸ਼ਾਹ ਆਪ ਦੇ ਦਾਤੇ ਪੁੱਤਰ ਦੀ ਯਾਚਨਾ ਕਰਦੇ ਹਨ ਦਾਤਾਰ ਪਾਤਸ਼ਾਹ ਜੀ ਆਪ ਜੀ ਨੂੰ ਆਪ ਜੀ ਗੁਰੂ ਪਰਿਵਾਰ ਨੂੰ ਦਾਤਾਰ ਪਾਤਸ਼ਾਹ ਜੀ ਪੁੱਤਰ ਦੀ ਦਾਤ ਬਖਸ਼ੇ ਕਰਤਾਰ ਕਰੋ ਦਾਤਾਰ ਪਾਤਸ਼ਾਹ ਜੀ ਆਪ ਦੇ ਦਰ ਕਰਦੇ ਸੇਵਕ ਦਾਤਾਰ ਪਾਤਸ਼ਾਹ ਜੀ ਹੋਰ ਦਾਤਾਰ ਪਾਤਸ਼ਾਹ ਸੰਗਤਾਂ ਜੋ ਵੀ ਜੀਵੋ ਆਪਣੇ ਆਪਣੇ ਆਪ ਦੇ ਦਰ ਤੇ ਹਾਜ਼ਰ ਹੋਈਆਂ ਦਾਤਾਰ ਪਾਤਸ਼ਾਹ ਸਭ ਵਿਅਕਤੀਆਂ ਮਨੋਕਾਮਨਾ ਪੂਰਨ ਕਰਨੇ ਚੜ੍ਹਦੀ ਕਲਾ ਬਖਸ਼ਣੀ ਸੁਖ ਸ਼ਾਂਤੀ ਮਿਹਰ ਵਰਤਾਉਣਾ ਭਾਈ ਸਾਹਿਬ ਭਾਈ ਤ੍ਰਿਲੋਕ ਸਿੰਘ ਜੀ ਦਾਤਾਰ ਪਾਤਸ਼ਾਹ ਨਿਰਮਾਣ ਜਿਨ੍ਹਾਂ ਨੇ ਆਪ ਜੀ ਦੇ ਕੀਰਤਨ ਦੀ ਹਾਜ਼ਰੀ ਭਰੀ ਹੈ ਦਾਤਾਰ ਪਾਤਸ਼ਾਹ ਜੀ
ਜਥੇ ਨੂੰ ਦਾਤਾਰ ਪਾਛੇ ਇਸ ਤਰ੍ਹਾਂ ਆਪਣੇ ਚਨਾਂ ਨਾਲ ਜੁੜ ਰੱਖਣਾ ਨਾਮ ਵਾਲਾ ਕਰ ਰੱਖਣਾ ਚੜ੍ਹਦੀ ਕਲਾ ਬਖਸ਼ਣੀ ਸੁਖ ਸ਼ਾਂਤੀ ਮਿਹਰ ਰੱਖਣਾ ਸਿੱਟੀ ਪਰਿਵਾਰ ਦੀ ਤਰਫ ਸਿਰ ਤੇ ਮਿਹਰ ਰੱਖਣਾ ਬੱਚਾ ਗਗਨਦੀਪ ਸਿਰ ਤੇ ਮਿਹਰ ਰੱਖਣਾ ਦਾਤਾਰ ਪਾਛਾ ਜੀ ਹੋਰ ਜੋ ਜੋ ਮਾਈ ਭਾਈ ਦਾਤਾਰ ਪਾਛਾ ਵੀ ਸਭ ਤੇ ਨਾਮ ਜਾਣੀ ਜਾਣ ਹੋ ਸਭ ਦੇ ਸਿਰ ਤੇ ਮਿਹਰ ਰੱਖਣਾ ਚੜ੍ਹਦੀ ਕਲਾ ਬਖਸ਼ਣੀ ਸੁਖ ਸ਼ਾਂਤੀ ਮਿਹਰ ਰੱਖਣਾ ਜਗ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰਾ ਉਪਰੈ ਤੇ ਲੋਹ ਪਵਾਰ ਦੇ ਮਾਂ ਬਾਪ ਅਨੁਸਾਰ ਸਰਬ ਸੰਸਾਰ ਵਿੱਚ ਤੁਹਾਨੂੰ ਵਰਤਾਉਣਾ ਦਾਤਾਰ ਪਾਛਾ ਜੀ ਉਹ ਪਾਉਣ ਦਿੱਤੇ ਕੜਾ ਪ੍ਰਸ਼ਾਦੀ ਦੇਖ ਹਾਜ਼ਰ ਹੈ ਆਪ ਜੀ ਨੂੰ ਪ੍ਰਵਾਨ ਹੋਏ ਪ੍ਰਵਾਨ ਹੋਏ ਪ੍ਰਸ਼ਾਦ ਸ਼ਾਸਨ ਦੀ ਵਰਤੇ ਜੋ ਜੀ ਸਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਪਾਵਨ ਹੁਕਮ ਸੰਤਨ ਨਾਲ ਕਰੋ ਜੀ ਹੁਕਮਨਾਮੇ ਤੇ ਚਰਨ ਦੀ ਸਮਰਤਾ ਬਖਸ਼ੋ ਸੇ ਪਿਆਰੇ ਮਿਲੋ ਜਨਮ ਲਿਆ ਆਪ ਜੀ ਦਾ ਨਾਮ ਚਿੱਤ ਆਵੇ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੀ ਸਰਬਤ ਪ੍ਰਾਪਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕਉ ਬਿਨ ਬੋਚ ਹੈ ਰਾਜ ਕਰੇਗਾ ਖਾਲਸਾ ਪਾਰ ਹੋਏ ਸਭ ਮਿਲਣਗੇ ਰਾਜ ਕਰੇਗਾ ਖਾਲਸਾ ਪਾਰ ਹੋਏ ਸਭ ਮਿਲਣਗੇ ਬੋਲੇ ਕਾਫੀ ਕਰ ਦਸਵਾਂ
ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਭ ਜੇ ਸਤਿਗੁਰ ਪਾਇਆ ਮਾਨਸ ਜਨਮ ਦੁਲੰਭ ਗੁਰਮੁਖ ਪਾਇਆ ਮਨ ਤਨ ਹੋਏ ਚੁਲੰਭ ਜੇ ਸਤਿਗੁਰ ਪਾਇਆ ਚੱਲੇ ਜਨਮ ਸਵਾਰ ਵੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਪੈ ਰਹਾਉ ਮਨ ਤਨ ਸੱਚ ਸਲਾਹੇ ਸੱਚੇ ਮਨ ਪਾਇਆ ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਹੋ ਜੀਵਾਂ ਗੁਣਸਾਰ ਅੰਤਰ ਤੂੰ ਵਸੈ ਸਹਜੇ ਰੰਗ ਰਸੇ ਤੂੰ ਵਸੈ ਮਨ ਮਾਹੇ ਸਹਜੇ ਰਸ ਰਸੈ ਮੂਰਖ ਮਨ ਸਮਝਾਏ ਆਖੋਂ ਕਿਚੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇ ਤੜਾ ਨਿਤ ਨਿਤ ਹਿਰਦੈ ਸਮਾਲ ਪ੍ਰੀਤਮ ਆਪਣਾ ਜੇ ਚੱਲੈ ਗੁਣ ਨਾਲ ਨਾਹੀ ਦੁੱਖ ਸੰਤਾਪਣਾ ਮਨਮੁਖ ਪਰਮ ਪੁਲਾਣਾ ਨਾ ਤਿਸ ਰੰਗ ਹੈ ਮਰਸੀ ਹੋਏ ਵਿਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹ ਕਰਿਆਣਿਆ ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤੁਦ ਭਾਵਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ ਗੁਰ ਕੀ ਕਾਰ ਕਮਾਏ ਲਹਾ ਕਰਿਆਣਿਆ ਗੁਰਬਾਣੀ ਨਿਰਬਾਣ ਸ਼ਬਦ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤੁਦ ਭਾਵਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਹਾਂ ਬੈਕੁੰਠ ਜਨ ਕੀਰਤਨ ਤੇਰਾ ਤੂੰ ਆਪੇ ਚੜ੍ਹਦਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਦੇ ਪਾਤਸ਼ਾਹ ਆਪ ਜੀ ਦਾ ਕੋਟਨ ਕੋਟਨ ਵਾਰ ਜਿਨ੍ਹਾਂ ਨੇ ਇੱਕ ਚੰਦ ਘੜੀਆਂ ਸਾਨੂੰ ਸਵਰਗ ਦੀਆਂ ਬਖਸ਼ੀਆਂ ਸਾਧ ਸੰਗਤ ਜੀ ਉਸ ਤੱਕ ਸਿਰਫ ਗੁਰੂ ਸਾਹਿਬ ਦੀ ਕੀਤੀ ਜਾ ਸਕਦੀ ਹੈ ਧੰਨਵਾਦ ਕਰਦੇ ਹਾਂ ਭਾਈ ਸਾਹਿਬ ਭਾਈ ਤਰਲੋਕ ਸਿੰਘ ਜੀ ਅਤੇ ਉਹਨਾਂ ਦੇ ਸਮੂਹ ਜੱਥੇ ਦਾ ਜਿਨ੍ਹਾਂ ਨੇ ਸਾਨੂੰ ਪਿਛਲੇ 3 ਹਫ਼ਤੇ ਤੋਂ ਆਨੰਦਮਈ ਕੀਰਤਨ ਦੇ ਨਾਲ ਜੋੜਿਆ ਹੈ ਗੁਰੂ ਅੱਗੇ ਕਿਰਪਾ ਕਰਦੇ ਹਾਂ ਕਿ ਆਪ ਜੀ ਨੂੰ ਇਸੇ ਤਰ੍ਹਾਂ ਬਖਸ਼ਿਸ਼ ਕਰਨ ਕੇ ਸੰਗਤਾਂ ਦੀ ਸੇਵਾ ਕਰਦੇ ਰਹੋ ਜੀ ਅਤੇ ਬੇਨਤੀ ਕਰਾਂਗੇ ਅੱਗੇ ਵਾਸਤੇ ਵੀ ਜਦੋਂ ਆਪ ਕੋਲ ਟਾਈਮ ਹੋਵੇ ਜ਼ਰੂਰ ਸਾਨੂੰ ਦੱਸਣਾ ਇਸ ਵਾਰ ਇਹਨਾਂ ਦਾ ਫ੍ਰੀ ਪਲੈਨ ਸੀ ਅਗਲਾ ਪ੍ਰੋਗਰਾਮ ਸੋ ਇਸ ਵਾਸਤੇ ਜ਼ਿਆਦਾ ਸਮਾਂ ਆਪਣੇ ਕੋਲ ਨਹੀਂ ਰਹਿ ਸਕੇ ਕੋਸ਼ਿਸ਼ ਕਰਾਂਗੇ ਕਿ ਅੱਗੇ ਵਾਸਤੇ ਜੋ ਜਦੋਂ ਵੀ ਜਾਣ ਆਪਾਂ ਇਹਨਾਂ ਨਾਲ ਪ੍ਰੋਗਰਾਮ ਲਾਂਗੇ ਸਤਿ ਸੰਗਤ ਜੀ ਅਗਲੇ ਕੁਛ ਵੀਕ ਹਲੇ ਤਾਂ ਸਾਹਿਬ ਨਹੀਂ ਆ ਰਹੇ ਆਪਣੇ ਕੋਲ ਇੰਡੀਆ ਉਹਨਾਂ ਦਾ ਪ੍ਰੋਗਰਾਮ ਹੈ ਅੱਗੇ
ਸੋ ਆਪਣੇ ਕੋਲ ਨੈਕਸਟ ਵੀਕ ਤੋਂ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਜੋ ਹੈ ਉਹ ਆਉਣਗੇ ਸੰਗਤਾਂ ਦੀ ਸੇਵਾ ਜੋ ਹੈ ਕੀਰਤਨ ਦੇ ਨਾਲ ਕਰਨਗੇ ਜਿੰਨੇ ਦੇਰ ਤੱਕ ਪ੍ਰੋਗਰਾਮ ਰਹੇਗਾ ਉਹ ਆਪ ਜੀ ਨੂੰ ਫਿਰ ਡਿਟੇਲ ਦੇ ਵਿੱਚ ਦੱਸ ਦਿੱਤਾ ਜਾਵੇਗਾ ਸਾਸਕ ਜੀ ਬੇਨਤੀ ਹੈ ਕਿ ਕੁਛ ਅਗਲਾ ਜੋ ਮੇਨ ਗੁਰਪੁਰਬ ਆ ਰਿਹਾ ਹੈ ਵਿਸਾਖੀ ਦਾ ਹੈ ਜੋ ਕਿ 14 ਅਪ੍ਰੈਲ ਦਾ ਹੈ ਸੰਗਤ ਵੱਲੋਂ ਕੁਛ ਸੁਜੈਸ਼ਨ ਆਈ ਸੀ ਕਿ ਜੇ ਕਿਸੇ ਵੀਰ ਭੈਣ ਨੇ ਗੁਰੂ ਸਾਹਿਬ ਜੀ ਦੇ ਖੰਡੇ ਬਾਠੇ ਦਾ ਅੰਮ੍ਰਿਤ ਛਕਣਾ ਹੋਵੇ ਅੰਮ੍ਰਿਤ ਦੀ ਦਾਤ ਲੈਣੀ ਹੋਵੇ ਆਪਾਂ ਪ੍ਰੋਗਰਾਮ ਉਸ ਦਿਨ ਅਰੇਂਜ ਕਰ ਸਕਦੇ ਹਾਂ ਪਰ ਆਪਾਂ ਨੂੰ ਥੋੜਾ ਪਹਿਲਾਂ ਪਤਾ ਲੱਗਣਾ ਚਾਹੀਦਾ ਹੈ ਤਾਂ ਕਿ ਆਪਾਂ ਜੋ 5 ਪਿਆਰੇ ਸਿੰਘ ਤੇ ਬਾਕੀ ਦਾ ਜੋ ਵੀ ਸਾਰਾ ਅਰੇਂਜਮੈਂਟ ਕਰ ਸਕੀਏ ਸੋ ਸੰਗਤ ਦੇ ਵਿੱਚੋਂ ਜੇ ਕਿਸੇ ਵੀਰ ਭੈਣ ਨੇ ਵਿਚਾਰ ਮੰਨਦੀ ਹੋਵੇ ਗੁਰੂ ਦੀ ਕਿਰਪਾ ਨਾਲ ਖੰਡੇ ਬਾਠੇ ਦਾ ਅੰਮ੍ਰਿਤ ਦੀ ਪੌਲ ਜਾਂ ਖੰਡੇ ਬਾਠੇ ਦਾ ਅੰਮ੍ਰਿਤ ਛਕਣਾ ਹੋਵੇ 15 ਮਾਰਚ ਤੱਕ ਉਹ ਆਪਾਂ ਨੂੰ ਦੱਸ ਸਕਦੇ ਹਨ ਫਿਰ ਉਸ ਹਿਸਾਬ ਨਾਲ ਕਿ ਜਿੰਨੀ ਕੁ ਆਪਾਂ ਨੂੰ ਰਿਸਪੋਂਸ ਆਏਗਾ ਆਪਾਂ ਜ਼ਰੂਰ ਹੀ ਗੁਰੂ ਦੀ ਕਿਰਪਾ ਨਾਲ ਜੋ ਹੈ ਅੱਗੇ ਵੀ ਇੱਥੇ ਇੱਕ ਵਾਰੀ ਆਪਾਂ ਅੰਮ੍ਰਿਤ ਪਾਣ ਦਾ ਪ੍ਰੋਗਰਾਮ ਕੀਤਾ ਸੀ ਜ਼ਰੂਰ ਗੁਰੂ ਸਾਹਿਬ ਦੀ ਕਿਰਪਾ ਨਾਲ ਉਹ ਆਪਾਂ ਕਰਾਂਗੇ ਜੀ ਸੋ ਇੱਕ ਵਾਰੀ ਫਿਰ ਜੇ ਕਿਸੇ ਵੀਰ ਭੈਣ ਦਾ ਵਿਚਾਰ ਹੋਵੇ ਕਿ ਉਹਨਾਂ ਨੇ ਵਿਸਾਖੀ 'ਤੇ ਅੰਮ੍ਰਿਤ ਪਾਨ ਕਰਨਾ ਹੈਗਾ ਅੰਮ੍ਰਿਤ ਦੀ ਦਾਤ ਲੈਣੀ ਹੈਗੀ ਆ 15 ਮਾਰਚ ਤੱਕ ਉਹ ਜੋ ਹੈ ਕਮੇਟੀ ਦੇ ਕਿਸੇ ਮੈਂਬਰ ਨੂੰ ਦੱਸ ਦੇਣ ਤਾਂ ਕਿ ਆਪਾਂ ਉਸ ਹਿਸਾਬ ਨਾਲ ਜੋ ਹੈ ਅਗਲਾ ਪ੍ਰੋਗਰਾਮ ਕਰ ਸਕੀਏ ਸਤਸੰਗ ਜੀ ਫਰਾਈਡੇ ਨੂੰ ਬੱਚਿਆਂ ਦਾ ਪ੍ਰੋਗਰਾਮ ਹੋਇਆ ਸੀ ਨੌਜਵਾਨ ਬੱਚੇ ਬੱਚੀਆਂ ਦਾ ਰਿਸਪੋਂਸ ਮਿਲਿਆ ਹੈ ਕਿ ਇਟ ਵਾਜ ਵੰਡਰਫੁਲ ਆਸਮ ਕਿ ਬਹੁਤ ਹੀ ਜ਼ਿਆਦਾ ਚੰਗਾ ਲੱਗਿਆ ਬੱਚਿਆਂ ਨੂੰ ਵੀ ਪੇਰੈਂਟਸ ਨੂੰ ਵੀ ਆਪ ਸਾਰਿਆਂ ਦਾ ਬੱਚਿਆਂ ਦਾ ਪੇਰੈਂਟਸ ਦਾ ਖਾਸ ਕਰਕੇ ਸੰਗਤ ਦਾ ਸਭ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਪੋਰਟ ਕਰਕੇ ਨੌਜਵਾਨ ਬੱਚਿਆਂ ਨੂੰ ਜਦੋਂ ਹੌਸਲਾ ਅਫਜ਼ਾਈ ਕੀਤੀ ਹੈ ਅਤੇ ਕਰਦੇ ਰਹੋ ਅੱਗੇ ਵਾਸਤੇ ਵੀ ਆਪਾਂ ਇਸ ਤਰ੍ਹਾਂ ਦੇ ਪ੍ਰੋਗਰਾਮ ਜੋ ਹੈ ਉਹ ਉਲੀਕਦੇ ਰਵਾਂਗੇ ਤੋ ਆਪਣੇ ਬੱਚਿਆਂ ਨੂੰ ਜੇ ਕਿਸੇ ਨੇ ਕੀਰਤਨ ਦੀ ਦਾਤ ਦੇਣੀ ਹੋਵੇ ਸਿਖਾਉਣਾ ਹੋਵੇ ਜਾਂ ਕੋਈ ਹੋਰ ਕੋਈ ਵੀ ਸ਼ਿਕਸ਼ਾ ਲੈਣੀ ਹੋਵੇ ਗੁਰਸਿੱਖੀ ਦੇ ਬਾਰੇ 'ਚ ਤੁਸੀਂ ਜ਼ਰੂਰ ਲੈ ਕੇ ਆਓ ਆਪਣੇ ਟੀਚਰ ਸਾਹਿਬਾਨ ਹੈਗੇ ਨੇ ਵਲੰਟੀਅਰਸ ਹੈਗੇ ਨੇ ਦੇ ਆਰ ਆਲਵੇਜ਼ ਵਿਲਿੰਗ ਟੂ ਹੈਲਪ ਕੋਸ਼ਿਸ਼ ਕਰਦੇ ਹਾਂ ਕਿ ਬੱਚੇ ਵੱਧ ਤੋਂ ਵੱਧ ਕੀਰਤਨ ਦੇ ਨਾਲ ਜੁੜਨ ਅਤੇ ਗੁਰ ਇਤਿਹਾਸ ਨਾਲ ਗੁਰਸਿੱਖੀ ਦੇ ਨਾਲ ਜੁੜਨ ਕਿਸੇ ਵੀ ਵੀਰ ਭੈਣ ਨੇ ਕਿਸੇ ਵਕਤ ਵੀ ਉਹਨਾਂ ਨੂੰ ਕੋਈ ਟ੍ਰੇਨਿੰਗ ਦੀ ਲੋੜ ਹੋਵੇ ਜਾਂ ਅਸਿਸਟੈਂਸ ਦੀ ਲੋੜ ਹੋਵੇ ਜ਼ਰੂਰ ਜੋ ਹੈ ਕਮੇਟੀ ਦੇ ਜੋ ਹੈ ਮੈਂਬਰਸ ਨਾਲ ਮਿਲਣ ਦੀ ਸਤਸੰਗ ਜੀ ਅਗਲੇ 2 ਹਫ਼ਤੇ ਜੋ ਹੈ ਸੰਡੇ ਦਾ ਜੋ ਲੰਗਰ ਖਾਲੀ ਹੈਗਾ ਜੇ ਕਿਸੇ ਵੀਰ ਭੈਣ ਨੇ ਸੇਵਾ ਲੈਣੀ ਹੋਵੇ ਜੇ ਕੋਈ ਖਾਸ ਕਰਕੇ 2-4 ਫੈਮਿਲੀਆਂ ਰਲ ਕੇ ਸੇਵਾਵਾਂ ਲੈਣੀਆਂ ਚਾਹੁੰਦੇ ਹੋਣ ਉਹ ਜ਼ਰੂਰ ਆਪਣਾ ਨਾਮ ਉੱਥੇ ਕੈਲੰਡਰ 'ਤੇ ਲਿਖ ਦਿਓ ਜੇ ਤੁਸੀਂ ਸਾਰਾ ਪ੍ਰੋਗਰਾਮ ਨਹੀਂ ਲੈਣਾ ਚਾਹੁੰਦੇ ਹੈਗੇ ਸਿਰਫ ਸਿੱਧਾ ਲਿਆਉਣਾ ਚਾਹੁੰਦੇ ਹੈਗੇ ਹੋ ਕਿ ਸਬਜ਼ੀਆਂ ਜੀ ਦਾਲਾਂ ਜਾਂ ਹੋਰ ਜੋ ਵੀ ਸਮੱਗਰੀ ਚਾਹੀਦੀ ਹੈਗਾ ਉਹ ਲਿਆਉਣੀ ਚਾਹੀਦੇ ਹੈਗੇ ਹੋ ਚਾਹੁੰਦੇ ਹੋਗਾ ਤਾਂ ਉਹ ਵੀ ਆਪਣਾ ਨਾਮ ਲਿਖ ਦਿਓ ਸੋ ਅਗਲੇ 2 ਹਫ਼ਤੇ ਜੋ ਐਤਵਾਰ ਦੇ ਲੰਗਰ ਦੀ ਜੋ ਸੇਵਾ ਅਵੇਲੇਬਲ ਹੈਗੀ ਹੈ ਜੇ ਕਿਸੇ ਵੀਰ ਭੈਣ ਨੇ ਜਾਂ ਪਰਿਵਾਰ ਨੇ ਜਾਂ ਪਰਿਵਾਰਾਂ ਨੇ ਰਲ ਮਿਲ ਕੇ ਲੈਣੀ ਹੋਵੇ ਉਹ ਜ਼ਰੂਰ ਹੈ ਆਪਣਾ ਨਾਮ ਜੋ ਹੈ ਕਲੰਡਰ 'ਤੇ ਲਿਖ ਦੇਣ ਦੀ ਫੁੱਲਾਂ ਚੁੱਕਾਂ ਦੀ ਖਿਮਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ